ਮੰਗ ਤਾਂ ਸਾਡੀ ਇੱਕ ਹੀ ਹੈ ਜੀ, ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧਾ ਭੁਗਤਾਨ ਕਰਨ ਦੀ। ਅੰਮ੍ਰਿਤਸਰ ਦੇ ਵਿੱਚ ਸਾਡੀ ਭਰਾਤਰੀ ਜਥੇਬੰਦੀ ਦੇ ਪ੍ਰਧਾਨ ਹਰਦੇਵ ਸਿੰਘ ਨੂੰ ਵਿਸ਼ਵਾਸ ਦਵਾ ਦਿੱਤਾ ਕਿ ਤੁਸੀਂ ਹੁਣ ਕੋਈ ਮੁਰਦਾਬਾਦ ਕਰਨ ਦੀ ਲੋੜ ਨਹੀਂ, ਅਸੀਂ ਤੁਹਾਨੂੰ ਲੈਟਰ ਜਾਰੀ ਨਹੀਂ ਕਰ ਸਕਦੇ ਕੋਰਟ ਆਫ ਕਨੈਕਟ ਲੱਗਿਆ ਹੋਣ ਕਾਰਨ। ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਨੂੰ ਭਰੋਸੇ ਦੇ ਵਿੱਚ ਲੈ ਲਿਆ ਸੀ ਕਿ ਠੇਕੇਦਾਰੀ ਸਿਸਟਮ ਖਤਮ ਹੋ ਚੁੱਕਿਆ, ਧੋਖੇਬਾਜ਼ੀ ਕੀਤੀ ਹੈ, ਵਿਸ਼ਵਾਸਘਾਤ ਕੀਤਾ। ਸਾਨੂੰ ਸੱਤ ਜਥੇਬੰਦੀਆਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਕਿ ਤੁਹਾਡਾ ਜਿਹੜਾ ਠੇਕੇਦਾਰੀ ਸਿਸਟਮ ਖਤਮ ਹੈ, ਕੋਈ ਟੈਂਡਰ ਨਹੀਂ, ਕੋਈ ਸਿਕਿਉਰਟੀ ਨਹੀਂ, ਬਗੈਰ ਟੈਂਡਰ ਤੋਂ ਤੁਹਾਨੂੰ ਕੰਮ ਦੇ ਦਿੱਤਾ ਜਾਵੇਗਾ। ਮੇਰਾ ਨਾਮ ਮੋਹਨ ਸਿੰਘ ਹੈ ਜੀ, ਪੱਲੇਦਾਰ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਪੰਜਾਬ। ਮੰਗ ਤਾਂ ਸਾਡੀ ਇੱਕ ਹੀ ਹੈ ਜੀ, ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧਾ ਭੁਗਤਾਨ ਕਰਨ ਦੀ। ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਨੂੰ ਭਰੋਸੇ ਦੇ ਵਿੱਚ ਲੈ ਲਿਆ ਸੀ ਕਿ ਠੇਕੇਦਾਰੀ ਸਿਸਟਮ ਖਤਮ ਹੋ ਚੁੱਕਿਆ, ਚੋਣ ਜਾਬਤਾ ਹੋਣ ਕਾਰਨ ਅਸੀਂ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਸਕਦੇ, ਕਿਉਂਕਿ ਮੁੱਖ ਮੰਤਰੀ ਨੇ ਅੰਮ੍ਰਿਤਸਰ ਦੇ ਵਿੱਚ ਸਾਡੀ ਭਰਾਤਰੀ ਜਥੇਬੰਦੀ ਦੇ ਪ੍ਰਧਾਨ ਹਰਦੇਵ ਸਿੰਘ ਨੂੰ ਵਿਸ਼ਵਾਸ ਦਵਾ ਦਿੱਤਾ ਕਿ ਤੁਸੀਂ ਹੁਣ ਕੋਈ ਮੁਰਦਾਬਾਦ ਕਰਨ ਦੀ ਲੋੜ ਨਹੀਂ, ਅਸੀਂ ਤੁਹਾਨੂੰ ਲੈਟਰ ਜਾਰੀ ਨਹੀਂ ਕਰ ਸਕਦੇ ਕੋਰਟ ਆਫ ਕਨੈਕਟ ਲੱਗਿਆ ਹੋਣ ਕਾਰਨ। ਪਰੰਤੂ ਹੋਇਆ ਕਿ ਇਹਨਾਂ ਨੇ ਸਾਡੇ ਨਾਲ ਧੋਖੇਬਾਜ਼ੀ ਕੀਤੀ ਹੈ, ਵਿਸ਼ਵਾਸਘਾਤ ਕੀਤਾ। ਸਾਨੂੰ ਸੱਤ ਜਥੇਬੰਦੀਆਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਕਿ ਤੁਹਾਡਾ ਜਿਹੜਾ ਠੇਕੇਦਾਰੀ ਸਿਸਟਮ ਖਤਮ ਹੈ, ਕੋਈ ਟੈਂਡਰ ਨਹੀਂ, ਕੋਈ ਸਿਕਿਉਰਟੀ ਨਹੀਂ, ਬਗੈਰ ਟੈਂਡਰ ਤੋਂ ਤੁਹਾਨੂੰ ਕੰਮ ਦੇ ਦਿੱਤਾ ਜਾਵੇਗਾ। ਜਿਹੜੀ ਤੁਹਾਡੀ ਲੈਟਰ ਪੈਡ ਹੈ, ਰਜਿਸਟਰਡ ਜਥੇਬੰਦੀ ਹੈ, ਉਸ ਜਥੇਬੰਦੀ ਨੂੰ ਬਗੈਰ ਟੈਂਡਰ, ਬਗੈਰ ਸਿਕਿਉਰਟੀ ਤੋਂ ਇੱਕ ਫਿਕਸ ਰੇਟ ਕਰਕੇ ਜਿਹੜਾ ਕਿ 4.5 ਰੁਪਏ ਦੇ ਲਗਭਗ ਲੋਡਿੰਗ ਹੋਏਗੀ ਅਤੇ 5.5 ਰੁਪਏ ਦੇ ਲਗਭਗ ਸਟੈਕਿੰਗ ਹੋਏਗੀ। ਤਾਂ ਜਦੋਂ 18/7/2024 ਨੂੰ ਪੋਲਸੀ ਆਉਂਦੀ ਹੈ ਤਾਂ ਉਹ ਸਾਰੀ ਮਜ਼ਦੂਰ ਮਾਰੂ ਨੀਤੀਆਂ ਵਾਲੀ ਪੋਲਸੀ ਹੈ। ਜਦੋਂ ਇਸ ਵਿਸ਼ੇ 'ਤੇ ਅਸੀਂ ਪੰਜਾਬ ਦੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਜੀ ਨੂੰ ਮਿਲਦੇ ਹਾਂ ਕਿ ਤੁਸੀਂ ਸਾਡੇ ਨਾਲ ਇਹ ਵਾਅਦਾ ਕੀਤਾ ਸੀ, ਇਹ ਵਿਸ਼ਵਾਸਘਾਤ ਕੀਤਾ, ਤਾਂ ਉਹ ਸਾਨੂੰ ਪੱਲੇਦਾਰ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਕਹਿੰਦਾ ਕਿ ਮੈਂ ਤਾਂ ਤੁਹਾਨੂੰ ਜਾਣਦਾ ਹੀ ਨਹੀਂ। ਕਿੰਨੀ ਮਤਬਲ ਨਿਕੰਮੀ ਸਰਕਾਰ ਹੈ ਕਿ ਉਹ ਪੰਜਾਬ ਦੇ ਮਜ਼ਦੂਰ ਨੂੰ, ਜਿਹੜਾ ਪੰਜਾਬ ਤੋਂ ਕੰਨਿਆ ਕੁਮਾਰੀ ਤੱਕ ਅਨਾਜ ਪਹੁੰਚਾਉਂਦਾ, ਉਸ ਮਜ਼ਦੂਰ ਨੂੰ ਕਹਿੰਦਾ ਮੈਂ ਪਛਾਣਦਾ ਨਹੀਂ, ਕਿਉਂਕਿ ਇਹ ਲਟੇਰਿਆਂ ਦੀ ਸਰਕਾਰ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ। ਤੁਹਾਨੂੰ ਅਸੀਂ ਚੇਤਾ ਕਰਾ ਦੇਣਾ ਚਾਹੁੰਦੇ ਹਾਂ, ਕੋਰੋਨਾ ਦੇ ਵਿੱਚ ਆਮ ਪਬਲਿਕ ਨੂੰ ਪ੍ਰਸ਼ਾਸਨ, ਪੁਲਿਸ ਅਧਿਕਾਰੀ ਡਾਂਗਾ ਮਾਰ ਕੇ ਅੰਦਰ ਵੜਦੇ ਸੀ ਅਤੇ ਸਾਨੂੰ ਡਾਂਗਾ ਮਾਰ ਕੇ ਬਾਹਰ ਕੱਢਦੇ ਸੀ, ਕਹਿੰਦੇ ਜੇਕਰ ਤੁਸੀਂ ਅੱਜ ਨਾ ਕਣਕ ਚੌਲ ਲੋਡ ਕੀਤਾ ਤਾਂ ਭਾਰਤ ਦੇ ਵਿੱਚ ਭੁੱਖਮਰੀ ਦਾ ਸ਼ਿਕਾਰ ਲੋਕ ਹੋ ਜਾਣਗੇ। ਪਰ ਅਸੀਂ ਆਪਣੇ ਹੀ ਅਤੇ ਆਪਣੇ ਬੱਚਿਆਂ ਦੀ ਪਰਵਾਹ ਨਾ ਕਰਦੇ ਹੋਏ ਅਸੀਂ ਭਾਰਤ ਦੇ ਕੋਨੇ ਕੋਨੇ ਦੇ ਵਿੱਚ ਅਨਾਜ ਪਹੁੰਚਾਇਆ, ਤਾਂ ਅੱਜ ਸਾਡੇ ਨਾਲ ਇਹ ਸਰਕਾਰ ਕਿਹੜਾ ਵਿਹਾਰ ਕਰ ਰਹੀ ਹੈ ਕਿ 10 ਨੌਹਾਂ ਦੀ ਕਿਰਤ ਕਰਨ ਵਾਲੇ ਨੂੰ ਇਹ ਕਿਰਤ ਦੇ ਪੈਸੇ ਦੇਣ ਨੂੰ ਤਿਆਰ ਨਹੀਂ। ਅਸੀਂ ਕੋਈ ਇਹਨਾਂ ਤੋਂ ਕਰਜ਼ਾ ਮਾਫੀ ਨਹੀਂ ਕਰਾ ਰਹੇ, ਅਸੀਂ ਇਹਨਾਂ ਤੋਂ ਕੋਈ ਐਂ ਨਹੀਂ ਮੰਗ ਰਹੇ ਵੀ ਸਾਨੂੰ ਤੁਸੀਂ 50,000 ਤੇ ਨੌਕਰੀ ਦਿਓ, ਅਸੀਂ ਸਿਰਫ ਆਪਣੇ 10 ਨੌਹਾਂ ਦੀ ਕਿਰਤ ਦਾ ਪੈਸਾ ਮੰਗ ਰਹੇ ਹਾਂ। ਪਰ ਉਹ ਵੀ ਅੱਜ ਇਹ ਸਰਕਾਰ ਦੇਣ ਨੂੰ ਤਿਆਰ ਨਹੀਂ। ਜੇਕਰ ਇਹੋ ਰਵੱਈਆ ਇਸ ਸਰਕਾਰ ਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਨਤੀਜੇ ਭੁਗਤਣੇ ਪੈਣਗੇ, ਭਾਵੇਂ ਉਹ ਜ਼ਿਮਨੀ ਚੋਣਾਂ ਹੋਣ ਜਾਂ ਫਿਰ ਜ਼ਿਲ੍ਹਾ ਪ੍ਰਸਿੱਧ ਚੋਣਾਂ ਹੋਣ।
ਅਸੀਂ ਇਕੱਲੇ ਇਕੱਲੇ ਹਲਕੇ ਦੇ ਵਿੱਚ ਜਾ ਕੇ ਇਹਨਾਂ ਦਾ ਬਾਈਕਾਟ ਕਰਾਂਗੇ। ਇਸੇ ਤਰ੍ਹਾਂ ਜਿਹੜੀ ਜ਼ਿਲ੍ਹਾ ਪ੍ਰਸਿੱਧ ਚੋਣਾਂ ਇਕੱਲੇ ਇਕੱਲੇ ਜ਼ਿਲ੍ਹੇ ਦੇ ਵਿੱਚ ਜਾ ਕੇ ਬਲਾਕ ਲੈਵਲ 'ਤੇ ਜਾ ਕੇ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਬਾਈਕਾਟ ਕਰਾਂਗੇ। ਮੰਤਰੀ ਨਾਲ ਕੋਈ ਗੱਲਬਾਤ ਹੋਈ ਤੁਹਾਡੀ? ਮੰਤਰੀ ਤਾਂ ਜੀ ਮੈਂ ਪਹਿਲਾਂ ਹੀ ਤੁਹਾਡੇ ਚੈਨਲ ਰਾਹੀਂ ਦੱਸ ਚੁੱਕਿਆ, ਉਹ ਕਹਿੰਦਾ ਮੈਂ ਪਛਾਣਦਾ ਹੀ ਨਹੀਂ ਪੰਜਾਬ ਦੇ ਲੋਕਾਂ ਨੂੰ। ਉਹ ਤਾਂ ਦਿੱਲੀ ਦੇ ਲੋਕਾਂ ਨੂੰ ਪਛਾਣ ਲੱਗ ਗਏ, ਦਿੱਲੀ ਤੋਂ ਸਰਕਾਰ ਚੱਲ ਰਹੀ ਹੈ, ਪੰਜਾਬ ਦੇ ਵੱਸ ਦੀ ਗੱਲ ਨਹੀਂ। ਹੁਣ ਕੀ ਮੰਗ ਪੱਤਰ ਦੋਗੇ ਤੁਸੀਂ? ਇੱਥੇ ਅੱਜ ਅਸੀਂ DC ਸਾਹਿਬ ਨੂੰ ਇਸੇ ਪ੍ਰਤੀ ਮੰਗ ਪੱਤਰ ਦੇਣ ਜਾ ਰਹੇ ਹਾਂ ਕਿ DC ਸਾਹਿਬ ਤੁਸੀਂ ਜ਼ਿਲ੍ਹੇ ਦੇ ਮਾਲਕ ਹੋ, ਤੁਸੀਂ ਦੇਖਿਆ ਹਾੜੀ ਦੇ ਸੀਜ਼ਨ ਦੇ ਵਿੱਚ ਕੀ ਹਾਲ ਹੋਇਆ, ਕਿਸ ਤਰੀਕੇ ਨਾਲ ਤੁਸੀਂ ਜਿਹੜੀ ਕਣਕ ਦੀ ਸਾਂਭ ਸੰਭਾਲ ਕਰਾਈ ਹੈ, ਜੇ ਹਾਲਾਤ ਵਿਗੜ ਗਏ ਤਾਂ ਆਉਣ ਵਾਲਾ ਸੀਜ਼ਨ ਅਤੇ ਜੋ ਸਪੈਸ਼ਲਾਂ ਬਾਹਰ ਨੂੰ ਜਾਣੀਆਂ ਨੇ 8ਵੇਂ ਮਹੀਨੇ ਦੇ ਵਿੱਚ ਅਗਸਤ ਦੇ ਵਿੱਚ, ਤਾਂ ਹੋ ਸਕਦਾ ਸੰਘਰਸ਼ ਕਮੇਟੀ ਇਹਤੇ ਮੰਥਨ ਕਰਕੇ ਫੈਸਲਾ ਲੈ ਲਏ ਕਿ ਅਸੀਂ ਇੱਕ ਵੀ ਬੋਰੀ ਬਾਹਰ ਨਹੀਂ ਜਾਣ ਦੇਵਾਂਗੇ। ਤਾਂ ਫਿਰ ਉਹੀ ਪੰਜਾਬ ਸਰਕਾਰ ਕਿਹਨੂੰ ਕਹੇਗੀ ਜਿੱਥੇ ਅਸੀਂ DC ਸਾਹਿਬਾਨਾਂ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ। ਅਸੀਂ ਅਗਲੀ ਰਣਨੀਤੀ, ਅਸੀਂ ਇਸ ਤੋਂ ਬਾਅਦ ਸਾਡੀ ਸੰਘਰਸ਼ ਕਮੇਟੀ ਦੀ ਮੀਟਿੰਗ ਹੈ, ਉਹ ਮੇਰੇ ਹਿਸਾਬ ਨਾਲ 1 ਜਾਂ 2 ਤਰੀਕ ਨੂੰ ਹੋ ਸਕਦੀ ਹੈ। ਉਹਦੇ ਵਿੱਚ ਅਸੀਂ ਅਗਲਾ ਪ੍ਰੋਗਰਾਮ ਹੈ ਜਿਹੜਾ ਉਹ ਲਿਖਾਂਗੇ।